ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ ਹਾਜ਼ਰ ਹਾਂ ਹਰ ਹਫ਼ਤੇ ਦੀ ਤਰ੍ਹਾਂ ਸਾਡੇ ਸਟੂਡੀਓ ਦੇ ਵਿੱਚ ਅੱਗੇ ਪੱਤਰਕਾਰ ਜਨਾਬ ਸਤਨਾਮ ਸਿੰਘ ਮਾਨਕੀ ਜੀ ਆਪਣੇ ਨੇ ਪਰ ਮਾਨਕ ਸਾਹਿਬ ਦੇ ਕੋਲੋਂ ਖਬਰਾਂ ਦੇ ਉੱਤੇ ਟਿੱਪਣੀਆਂ ਲੈਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਖਬਰਾਂ ਨੇ ਇਹਦੇ ਵੱਲ ਝਾਤ ਮਾਰਦੇ ਆ ਪੰਜਾਬ ਮੰਤਰੀ ਮੰਡਲ ਦਾ ਇੱਕ ਬਹੁਤ ਮਹੱਤਵਪੂਰਨ ਫੈਸਲਾ ਸਾਡੇ ਸਾਹਮਣੇ ਆਇਆ ਕਿ ਮੌਤ ਦੀ ਸਜ਼ਾ ਹੋਊਗੀ ਉਹਨਾਂ ਦੋਸ਼ੀਆਂ ਨੂੰ ਜਿਹੜੇ 12 ਸਾਲ ਤੋਂ ਛੋਟੀ ਉਮਰ ਦੀਆਂ ਬੱਚੀਆਂ ਦੇ ਨਾਲ ਜਬਰਜਨਾ ਕਰਦੇ ਆ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਦੇ ਇਸ ਤੋਂ ਇਲਾਵਾ ਕੁਝ ਕੋ ਹੋਰ ਮਹੱਤਵਪੂਰਨ ਗੱਲਾਂ ਇਸ ਮੀਟਿੰਗ ਦੇ ਵਿੱਚ ਵਿਚਾਰੀਆਂ ਗਈਆਂ ਕਿ ਜੇਕਰ ਅਸੀਂ ਗੱਲ ਕਰੀਏ ਜੋਧਪੁਰ ਜੇਲ੍ਹ ਦੇ ਨਜ਼ਰਬੰਦਾਂ ਦੀ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਉਹਨਾਂ ਨੂੰ ਚੈੱਕ ਦਿੱਤੇ ਗਏ ਆ ਰਾਹਤ ਦੇ ਚੈੱਕ ਤਕਸੀਮ ਕੀਤੇ ਗਏ ਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਹਿਰ ਇਸ ਕਦਰ ਤੱਕ ਵਾਪਰ ਚੁੱਕਿਆ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਸੌਂ ਖਾਧੀ ਸੀ ਕਿ 4 ਹਫਤੇ ਦੇ ਵਿੱਚ ਨਸ਼ਾ ਖਤਮ ਕਰ ਲਿਆਂਗੇ ਪਰ ਪਿਛਲੇ 15 ਦਿਨ ਦੀਆਂ ਜਿਕਰ ਅਖਬਾਰਾਂ ਅਸੀਂ ਪੜ੍ਹ ਗਏ ਤਾਂ ਸ਼ਾਇਦ ਹੀ ਕੋਈ ਦਿਨ ਇਹੋ ਜਿਹਾ ਹੋਊਗਾ ਜਦੋਂ ਕਿਸੇ ਨੌਜਵਾਨ ਦੀ ਮੌਤ ਹੋਈ ਹੋਵੇ ਤੇ ਉਹਦੇ ਹੱਥ ਦੇ ਵਿੱਚੋਂ ਸਰਿੰਜ ਨਾ ਲੱਭੀ ਹੋਵੇ ਇਸ ਕਰਕੇ ਓਵਰਡੋਸ ਦੇ ਕਰਕੇ ਲਗਾਤਾਰ ਮੌਤਾਂ ਹੋ ਰਹੀਆਂ ਤੇ ਜਿਕਰ ਪੰਜਾਬ ਦੇ ਪਾਣੀ ਦੀ ਗੱਲ ਕਰਗੇ ਤਾਂ ਮਾਲਵਾ ਖੇਤੇ ਦਾ 70% ਦੀ ਪਾਣੀ ਇੱਕ ਅਧਿਐਨ ਦੇ ਮੁਤਾਬਕ ਨਾ ਪੀਣਯੋਗ ਰਿਹਾ ਤੇ ਨਾ ਸਿੰਚਾਈ ਦੇ ਯੋਗ ਰਿਹਾ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਰਾਣਾ ਗੁਰਜੀਤ ਸਿੰਘ ਦੇ ਖੁਲਾਸਿਆਂ ਦੀ ਉਹਨਾਂ ਨੇ ਆਪਣੀ ਹੀ ਸਰਕਾਰ ਦੇ ਉੱਤੇ ਕਈ ਕਟਕਸ਼ ਕੀਤੇ ਆ ਤੇ ਜੇਕਰ ਅਸੀਂ ਤਹਿਸੀਲਦਾਰ ਦੀ ਗੱਲ ਕਰੀਏ ਹਰਪੂਲ ਸਿੰਘ ਦੀ ਤਾਂ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਬਾਬਤ ਕਈ ਅਹਿਮ ਨੁਕਤੇ ਸਾਂਝੇ ਕੀਤੇ ਆ ਤੇ ਉਹ ਆਪ ਸਾਰੀਆਂ ਗੱਲਾਂ ਕਰਕੇ ਕੈਨੇਡਾ ਪਹੁੰਚ ਗਏ ਆ ਮਾਨਕ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ। ਸ਼ੁਕਰੀਆ ਜੀ। ਮਾਨਕ ਸਾਹਿਬ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਫੈਸਲੇ ਹੋਏ ਆ ਉਹਨਾਂ ਦੇ ਵਿੱਚੋਂ ਕਈ ਤਾਂ ਬੇਹੱਦ ਮਹੱਤਵਪੂਰਨ ਗੱਲਾਂ ਜਿਵੇਂ ਕਿ ਬੱਚੀਆਂ ਦੇ ਸੂਸ਼ਣ ਦੇ ਮਾਮਲੇ ਦੇ ਉੱਤੇ ਜੋ ਫੈਸਲਾ ਕੀਤਾ ਗਿਆ ਕੀ ਕਹਿਣਾ ਚਾਹੂੰਗਾ ਜੀ ਮੰਤਰੀ ਮੰਡਲ ਨੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵਾਕਿਆ ਹੀ ਬਹੁਤ اہم ਫੈਸਲੇ ਲਏ ਆ ਉਹਨਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਫੈਸਲਾ ਇਹ ਆ ਕਿ ਕਿ ਕੇਂਦਰ ਸਰਕਾਰ ਦੇ ਜਿਹੜੇ ਦੋ ਆਰਡੀਨੈਂਸ ਹੈਗੇ ਆ ਜਿਹੜੀ ਇੱਕ ਤਾਂ 12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਜਿਹੜੀਆਂ ਉਹਨਾਂ ਨਾਲ ਜੇ ਬਲਾਤਕਾਰ ਹੁੰਦਾ ਤੇ ਉਹਨਾਂ ਨੂੰ ਫਾਂਸੀ ਦਿੱਤੀ ਜਾ ਹੋਏਗੀ ਇਸ ਇਸ ਤੋਂ ਇਲਾਵਾ ਜਿਹੜੀ ਇਹ 7 ਸਾਲ ਪਹਿਲਾਂ ਬਲਾਤਕਾਰ ਦੇ ਕੇਸ ਵਿੱਚ ਘੱਟੋ ਘੱਟ ਸਜ਼ਾ 7 ਸਾਲ ਸੀ ਉਹ ਵਧਾ ਕੇ ਹੁਣ 10 ਸਾਲ ਕਰਤੀ ਗਈ ਹੈ ਇਸ ਤੋਂ ਇਲਾਵਾ 16 ਸਾਲ ਤੋਂ ਘੱਟ ਦੀ ਉਮਰ ਦੀ ਲੜਕੀ ਨਾਲ ਜੇ ਕਿਤੇ ਬਲਾਤਕਾਰ ਹੁੰਦਾ ਤੇ ਉਹਨੂੰ ਪਹਿਲਾਂ 20 ਸਾਲ ਦੀ ਬਾ ਮਸ਼ੱਕਤ ਸਜ਼ਾ ਦਿੱਤੀ ਜਾਂਦੀ ਸੀ ਪੰਜਾਬ ਦੇ ਕਾਨੂੰਨ ਮੁਤਾਬਕ ਉਹ ਹੁਣ ਤਾਂ ਉਮਰ ਜਿਹੜੀ ਆ ਉਹ ਸਜ਼ਾ ਭੁਗਤਣੀ ਪਵੇਗੀ ਅਜਿਹੇ ਦੋਸ਼ੀ ਨੂੰ ਸੋ ਇਹ ਜਿਹੜੇ ਮੰਤਰੀ ਮੰਡਲ ਦਾ ਇਹ ਬੜਾ ਮਹੱਤਵਪੂਰਨ ਫੈਸਲਾ ਹੈਗਾ ਦੋ ਆਰਡੀਨੈਂਸ ਇਸ ਸਬੰਧ ਵਿੱਚ ਕੇਂਦਰ ਸਰਕਾਰ ਦੇ ਸਗੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਇਨ ਬੈਨ ਲਾਗੂ ਕਰਨ ਦਾ ਫੈਸਲਾ ਕੀਤਾ ਇਹ ਭਾਵੇਂ ਇੱਕ ਪੱਤਰਕਾਰ ਦੇ ਤੌਰ ਤੇ ਮੈਂ ਫਾਂਸੀ ਦੀ ਸਜ਼ਾ ਦੇ ਹੱਕ 'ਚ ਨਹੀਂ ਹੈਗਾ ਪਰ ਜਿਸ ਤਰ੍ਹਾਂ ਦੀਆਂ ਸਥਿਤੀਆਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਦੇਸ਼ ਵਿੱਚ ਵੀ ਤੇ ਪੰਜਾਬ ਵਿੱਚ ਬਣੀਆਂ ਹੋਈਆਂ ਉਹਨਾਂ ਨੂੰ ਮੁੱਖ ਰੱਖ ਕੇ ਮਹਿਸੂਸ ਹੋ ਰਿਹਾ ਕਿ ਸਖਤ ਸਜ਼ਾਵਾਂ ਦੀ ਲੋੜ ਹੈਗੀ ਆ ਸਖਤ ਸਜ਼ਾਵਾਂ ਦਿੱਤੇ ਵੇਨਾ ਦੋਸ਼ੀਆਂ ਨੂੰ ਜਿਹੜਾ ਜਾਂ ਇਸ ਤਰ੍ਹਾਂ ਦੇ ਕੁਕਰਮ ਕਰਨ ਵਾਲੇ ਲੋਕਾਂ ਨੂੰ ਜਿਹੜਾ ਸਪਸ਼ਟ ਸੰਦੇਸ਼ ਨਹੀਂ ਜਾਏਗਾ ਲੱਗਦਾ ਇਹ ਹੈ ਜਿਹੜੇ ਕੇਂਦਰ ਦੇ ਦੋ ਆਰਡੀਨੈਂਸ ਜਿਹੜੇ ਆ ਪੰਜਾਬ ਸਰਕਾਰ ਨੇ ਇਹਨਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਇਹ ਸਹੀ ਹੈ ਇਸ ਤੋਂ ਇਲਾਵਾ ਟਾਣਾ ਜੀ ਅਸੀਂ ਸਾਰੇ ਦੇਖ ਰਹੇ ਹਾਂ ਕਿ ਪੰਜਾਬ ਇੱਕ ਬਹੁਤ ਵੱਡੇ ਸੰਕਟ ਵੱਲ ਵੱਧ ਰਿਹਾ ਹੁਣ ਤਾਂ ਸਰਕਾਰ ਵੀ ਪੰਜਾਬ ਸਰਕਾਰ ਦੇ ਵੀ ਕਈ ਅਦਾਰੇ ਮੰਨਣ ਲੱਗ ਗਏ ਆ ਕਿ 2026 ਤੱਕ ਪੰਜਾਬ ਵਿੱਚ ਬਹੁਤ ਵੱਡਾ ਪਾਣੀ ਦਾ ਸੰਕਟ ਪੈਦਾ ਹੋ ਜਾਏਗਾ ਇਸ ਸਬੰਧ ਵਿੱਚ ਮੰਤਰੀ ਮੰਡਲ ਨੇ ਫੈਸਲਾ ਲੈ ਕੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਮੰਤਰੀਆਂ ਦੇ ਆਧਾਰ ਤੋਂ ਹੋਏਗੀ ਉਹ ਧਰਤੀ ਹੇਠਲੇ ਪਾਣੀ ਦੀ ਪੱਧਰ ਕਿਵੇਂ ਉੱਪਰ ਠਾਉਣੀ ਹੈ ਤੇ ਪਾਣੀ ਦੀ ਸਚੱਜੀ ਕਿਵੇਂ ਵਰਤੋਂ ਕਰਨੀ ਆ ਇਹਦੇ ਬਾਰੇ ਵਿਚਾਰ ਵਟਾਂਦਰਾ ਕਰੇਗੀ ਲੋਕਾਂ 'ਚ ਜਾਗਰਤੀ ਪੈਦਾ ਕਰੇਗੀ ਤੇ ਇਹਦੇ ਲਈ ਯੋਜਨਾ ਬਣਾਏਗੀ ਇਹ ਜਿਹੜਾ ਦੂਜਾ ਮਹੱਤਵਪੂਰਨ ਫੈਸਲਾ ਮੰਤਰੀ ਮੰਡਲ ਨੇ ਲਿਆ ਤੀਜਾ ਮਹੱਤਵਪੂਰਨ ਫੈਸਲਾ ਇਹ ਲਿਆ ਕਿ ਕਈ ਅਹੁਦੇ ਜਿਹੜੇ ਪਹਿਲਾਂ ਵਿਧਾਇਕ ਹਾਸਲ ਨਹੀਂ ਕਰ ਸਕਦੇ ਸੀ ਜੇ ਉਹ ਹਾਸਲ ਕਰਦੇ ਸੀ ਤਾਂ ਉਹਨਾਂ ਨੂੰ ਅਯੋਗ ਕਰਾਰ ਦਿੱਤਾ ਜਾ ਸਕਦਾ ਸੀ ਕੁਝ ਇਸ ਤਰ੍ਹਾਂ ਦੇ ਅਹੁਦੇ ਹੁਣ ਜਿਹੜੇ ਆ ਕਾਨੂੰਨ ਵਿੱਚ ਸੋਧ ਕਰਕੇ ਅਜਿਹੇ ਹੋ ਜਾਣਗੇ ਜਿਹੜੇ ਕਿ ਵਿਧਾਇਕਾਂ ਨੂੰ ਦਿੱਤੇ ਜਾ ਸਕਣਗੇ ਤੇ ਉਹਨਾਂ ਕਾਰਨ ਉਹਨਾਂ ਨੂੰ ਲਾਭ ਵਾਲੇ ਆਉਦੇ ਸਮਝ ਕੇ ਅਯੋਗ ਠਹਿਰਾਉਣ ਦਾ ਡਰ ਜਿਹੜਾ ਉਹ ਖਤਮ ਹੋ ਜਾਏਗਾ ਜੀ ਜੀ ਕਹਿਣ ਦਾ ਭਾਵ ਇਹ ਹੈ ਕਿ ਕਈ ਵਿਧਾਇਕ ਜਿਹੜੇ ਕਾਂਗਰਸ ਦੇ ਸੀਗੇ ਉਹਨਾਂ ਵਿੱਚ ਅਸੰਤੁਸ਼ਟਤਾ ਪਾਈ ਜਾ ਰਹੀ ਸੀ ਕਿਉਂਕਿ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਸੀ ਜਾਂ ਕੋਈ ਹੋਰ ਮਹੱਤਵਪੂਰਨਤਾ ਨਹੀਂ ਦਿੱਤਾ ਗਿਆ ਸੀ ਹੁਣ ਜਿਹੜਾ ਇਹ ਸੋਧ ਕੀਤੀ ਗਈ ਹੈ ਇਹਦੇ ਨਾਲ ਕੁਝ ਵਿਧਾਇਕਾਂ ਨੂੰ ਸੰਤੁਸ਼ਟ ਕੀਤਾ ਜਾ ਸਕੇਗਾ ਜਿਹੜੀ ਕੈਪਟਨ ਸਰਕਾਰ ਉਹਨਾਂ ਨੂੰ ਕੋਈ ਨਾ ਕੋਈ ਬੋਰਡ ਦੀ ਜਾਂ ਕਾਰਪੋਰੇਸ਼ਨ ਦੀ ਮੈਂਬਰੀ ਜਿਹੜੀ ਆ ਉਹ ਦੇ ਦੇਗੀ ਇਹ ਇਹ ਲੱਗਦਾ ਇਸ ਤਰ੍ਹਾਂ ਜਿਹੜਾ ਇਹ ਸੋਧ ਤੋਂ ਇਸ ਤਰ੍ਹਾਂ ਦਾ ਪ੍ਰਭਾਵ ਮਿਲਦਾ ਜੀ ਜੀ ਤੇ ਮਾਨਕ ਸਾਹਿਬ ਜੇਕਰ ਅਸੀਂ ਗੱਲ ਕਰ ਗਏ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਹਿਰ ਦੀ ਤਾਂ ਜਿਵੇਂ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਹੈ ਪਿਛਲੇ 15-20 ਨੰਨਾਂ ਦੇ ਵਿੱਚ ਸ਼ਾਇਦ ਹੀ ਕੋਈ ਦਿਨ ਇਹੋ ਜਿਹਾ ਹੋਊਗਾ ਜਦੋਂ ਨਸ਼ੇ ਦੀ ਓਵਰਡੋਸ ਦੇ ਕਰਕੇ ਨੌਜਵਾਨ ਦੀ ਮੌਤ ਨਹੀਂ ਹੋਈ ਸਰਕਾਰ ਕਹਿੰਦੀ ਹੈ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਨੱਥ ਪਾਉਣ ਦੀ ਅਸੀਂ ਕੋਈ ਕਸਰ ਬਾਕੀ ਨਹੀਂ ਛੱਡੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਨਸ਼ਿਆਂ ਦਾ ਫਿਕਰ ਕਾਂਗਰਸ ਹੀ ਕਰਦੇ ਸੀ ਹੁਣ ਕਾਂਗਰਸ ਦੀ ਸਰਕਾਰ ਹੈ ਤੇ ਨਸ਼ਾ ਦੇ ਬੋਲ ਬਲੇ ਦੀ ਗੱਲ ਅਕਾਲੀ ਦਲ ਦੇ ਆਗੂ ਕਰਦੇ ਆ ਕੀ ਕਹਿਣਾ ਚਾਹੋਗੇ ਟਹਿਣਾ ਜੀ ਇਸ ਪ੍ਰੋਗਰਾਮ ਵਿੱਚ ਅਸੀਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ ਪੰਜਾਬ ਵਿੱਚ ਜਿਹੜੇ ਨਸ਼ੇ ਵਿਕ ਰਹੇ ਆ ਵੱਖ-ਵੱਖ ਤਰ੍ਹਾਂ ਦੇ ਉਹ ਜਿਹੜਾ ਪੁਲਿਸ ਸਿਆਸਤਦਾਨ ਅਤੇ ਤਸਕਰਾਂ ਦੀ ਮਿਲੀਭੁਗਤ ਤੋਂ ਬਿਨਾ ਨਹੀਂ ਵਿਕ ਰਹੇ ਇਹ ਸਾਡੇ ਜਿਹੜੇ ਸਿਆਸਤਦਾਨ ਸਾਡੇ ਜਿਹੜੇ ਪੁਲਿਸ ਦੇ ਅਧਿਕਾਰੀ ਆ ਉਹਨਾਂ ਦੇ ਮੂੰਹ ਨੂੰ ਲਹੂ ਲੱਗ ਚੁੱਕਾ ਇਸ ਕਰਕੇ ਹੀ ਜਿਹੜੇ ਇੱਥੇ ਨਸ਼ਿਆਂ ਦੀ ਤਸਕਰੀ ਹੋ ਰਹੀ ਆ ਹਰ ਜ਼ਿਲ੍ਹੇ ਦਾ ਜਿਹੜਾ ਐਸਐਸਪੀ ਹੁੰਦਾ ਉਹਨੂੰ ਪਤਾ ਹੁੰਦਾ ਕਿ ਉਹਦੇ ਇਲਾਕੇ ਚ ਜਿਹੜੇ ਕਿਸ ਕਿਸ ਤਰ੍ਹਾਂ ਦੇ ਲੋਕ ਆ ਤੇ ਕਿਸ ਤਰ੍ਹਾਂ ਦੇ ਉਹ ਤੰਦੇ ਕਰਦੇ ਆ ਅਗਰ ਜਿਹੜਾ ਜ਼ਿਲ੍ਹੇ ਦਾ ਐਸਐਸਪੀ ਹੈ ਉਹ ਚਾਵੇ ਤਾਂ ਸ਼ਕਤੀ ਨਾਲ ਉਹਨਾਂ ਨੂੰ ਰੋਕ ਸਕਦਾ ਹਰ ਜਿਹੜਾ ਥਾਣੇ ਦਾ ਐਸਐਚਓ ਆ ਉਹਨੂੰ ਪਤਾ ਹੁੰਦਾ ਕਿ ਮੇਰੇ ਜਿਹੜੇ ਥਾਣੇ ਦੇ ਖੇਤਰ ਦੇ ਵਿੱਚ ਜਿਹੜੇ ਕਿਹੜੇ ਲੋਕ ਕੀ ਤੰਦੇ ਕਰਦੇ ਆ ਜਦੋਂ ਤੱਕ ਇਹ ਲੋਕ ਜਿਹੜੇ ਆ ਬਿਨਾਂ ਕਿਸੇ ਦਬਾਅ ਤੋਂ ਬਿਨਾਂ ਕਿਸੇ ਲਾਲਚ ਤੋਂ ਜ਼ਿਲ੍ਹੇ ਬਖਵਕ ਜ਼ਿਲ੍ਹਿਆਂ ਦੇ ਜਿਹੜੇ ਐਸਐਸਪੀ ਤੇ ਜਿਹੜਾ ਹਰ ਥਾਣੇ ਦਾ ਜਿਹੜਾ ਐਸ ਐਚਓ ਆ ਉਹ ਇਹ ਤਹਈਆ ਨਹੀਂ ਕਰ ਲੈਂਦਾ ਕਿ ਮੈਂ ਇਹ ਨਸ਼ੇ ਵਿਕਣੇ ਬੰਦ ਕਰਵਾਣੇ ਆ ਉਦੋਂ ਤੱਕ ਨਸ਼ੇ ਬੰਦ ਨਹੀਂ ਹੋ ਸਕਦੇ ਕੁਝ ਸਮਾਂ ਪਹਿਲਾਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਇੱਕ ਰਿਪੋਰਟ ਦਿੱਤੀ ਸੀ ਜਿਹਦੇ ਵਿੱਚ ਇੱਕ ਹੋਰ ਸੀਨੀਅਰ ਪੁਲਿਸ ਅਧਿਕਾਰੀ ਤੇ ਦੋਸ਼ ਲਾਇਆ ਗਿਆ ਸੀਗਾ ਕਿ ਨਸ਼ਿਆਂ ਦੀ ਵਿਕਰੀ ਵਿੱਚ ਜਾਂ ਨਸ਼ੇ ਵੇਚਣ ਵਾਲਿਆਂ ਨੂੰ ਸਮਰਥਨ ਦੇਣ ਵਾਲੇ ਲੋਕਾਂ ਵਿੱਚ ਉਹਦਾ ਵੀ ਹੱਥ ਹੈ ਸੋ ਇਹ ਇਹ ਜਿਹੜਾ ਚੱਲ ਰਿਹਾ ਜੋ ਪੰਜਾਬ ਦੇ ਵਿੱਚ ਨਸ਼ਿਆਂ ਦੀ ਵਿਕਰੀ ਜਿਹੜੀ ਹੋ ਰਹੀ ਆ ਇਹਦੇ ਪਿੱਛੇ ਜਿਹੜੀ ਆ ਸਿਆਸਤਦਾਨਾਂ ਪੁਲਿਸ ਅਧਿਕਾਰੀਆਂ ਅਤੇ ਜਿਹੜੇ ਦੂਜੇ ਤਸਕਰਿਆਂ ਇਹਨਾਂ ਦੀ ਮੀਲੀ ਭੁਗਤ ਹੈਗੀ ਆ ਜਦੋਂ ਤੱਕ ਇਹ ਜਿਹੜੀ ਤ੍ਰਿਕੜੀ ਆ ਇਹਦੀ ਜਿਹੜੀ ਕੜੀ ਆ ਜਿਹੜੀ ਟੁੱਟਦੀ ਨਹੀਂ ਹੈਗੀ ਉਦੋਂ ਤੱਕ ਇਹ ਸਿੱਤਸਲਾ ਬੰਦ ਨਹੀਂ ਹੋਣਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਔਰ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਇਹ ਮਾਮਲਾ ਬਹੁਤ ਹੀ ਭਿਆਨਕ ਹੋ ਗਿਆ ਜਿਹੜਾ ਨੌਜਵਾਨਾਂ ਦਾ ਜਿਹੜਾ ਵੱਡੀ ਪੱਧਰ ਤੇ ਜਿਹੜੇ ਨਸ਼ਿਆਂ ਦੀ ਵਰਤੋਂ ਕਰਨਾ ਤੇ ਟੀਕੇ ਲਾਉਣਾ ਇਹ ਬਹੁਤ ਹੀ ਚਿੰਤਾਜਨਕ ਹੈਗਾ ਪੰਜਾਬ ਨੂੰ ਇਸ ਜਿਹੜੀ ਵੱਡੀ مصیبت ਹੈ ਇਹ ਤੋਂ ਬਚਾਇਆ ਜਾਣਾ ਚਾਹੀਦਾ ਮਾਨ ਸਾਹਿਬ ਜੋਧਪੁਰ ਦੇ ਵਿੱਚ ਜਿਹੜੇ ਨਜ਼ਰਬੰਦ ਆ ਕੈਦੀ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੱਲੋਂ ਚੱਕ ਤਕਸੀਮ ਕੀਤੇ ਗਏ ਕੀ ਕਹਿਣਾ ਚਾਹੋਗੇ ਮੈਂ ਸਮਝਦਾ ਡਾਣਾ ਜੀ ਇੱਕ ਚੰਗਾ ਹੀ ਕੰਮ ਉਹਨਾਂ ਨੇ ਕੀਤਾ ਕਿਉਂਕਿ ਜੋਧਪੁਰ ਦੇ ਜਿਹੜੇ ਨਜ਼ਰਬੰਦ ਸਗੇ ਉਹਨਾਂ ਨੇ ਲੰਮਾ ਸਮਾਂ ਉੱਥੇ ਜੇਲ੍ਹ ਵਿੱਚ بتایا ਉਹਨਾਂ ਦੇ ਇਸ ਜ਼ਿੰਦਗੀ ਦਾ ਕਾਫੀ ਨੁਕਸਾਨ ਹੋਇਆ ਉਹ ਉਹ ਸਮੇਂ ਚ ਨਾ ਕੋ ਜਿੰਦਗੀ ਚ ਕਰ ਸਕੇ ਨਾ ਬਣ ਸਕੇ ਤੇ ਬਾਅਦ ਚ ਜਿਹੜੀਆਂ ਸਰਕਾਰਾਂ ਪੰਜਾਬ ਚ ਰਹੀਆਂ ਉਹਨਾਂ ਨੇ ਕਿਸੇ ਨੇ ਵੀ ਬਾਤ ਨਹੀਂ ਪੁੱਛੀ ਇੰਤੋਂ ਤੱਕ ਕਿ ਕਾਲੀ ਦਲ ਦੀ ਸਰਕਾਰ ਜਿਹੜੀ ਆ 2-3 ਵਾਰ ਬਣੀ ਉਹਨੇ ਵੀ ਕੋਈ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਹੁਣ ਉਹ ਜੋਧਪੁਰ ਦੇ ਜਿਹੜੇ ਨਜਰਬੰਦ ਸੀਗੇ ਉਹ ਅਦਾਲਤ ਚ ਗਏ ਤੇ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਉਹਨਾਂ ਨੂੰ ਜਿਹੜਾ 4-4 ਲੱਖ ਰੁਪਏ ਹਰਜ਼ਾਨਾ ਦੇਣ ਦਾ ਆਦੇਸ਼ ਦਿੱਤਾ ਸੀ ਉਸ ਆਦੇਸ਼ ਦੇ ਮੁਤਾਬਕ ਹੀ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣਾ ਬਣਦਾ ਹਿੱਸਾ ਦਿੱਤਾ ਕਿਉਂਕਿ ਅੰਮ੍ਰਿਤਸਰ ਦੀ ਉਸ ਅਦਾਲਤ ਨੇ ਕਿਹਾ ਸੀ ਕਿ 4 ਲੱਖ ਜਿਹੜਾ ਹਰ ਨਜ਼ਰਬੰਦ ਨੂੰ ਮੁਆਵਜ਼ਾ ਦਿੱਤਾ ਜਾਏ ਉਹਦੇ ਵਿੱਚ 2 ਲੱਖ ਰੁਪਇਆ ਜਿਹੜਾ ਇਹ ਜਿਹੜਾ ਪੰਜਾਬ ਸਰਕਾਰ ਪਾਵੇ ਤੇ 2 ਲੱਖ ਰੁਪਇਆ ਕੇਂਦਰ ਸਰਕਾਰ ਪਾਵੇ ਸੋ ਕੈਪਟਨ ਸਰਕਾਰ ਨੇ ਜਿਹੜਾ ਅਦਾਲਤ ਦਾ ਫੈਸਲਾ ਮੰਨ ਕੇ ਇਹ ਜਿਹੜਾ ਆਪਣਾ ਹਿੱਸਾ ਦੇਣਾ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਅੱਜ ਹੀ ਜਿਹੜਾ ਉੱਥੇ ਪੰਜਾਬ ਭਵਨ ਚੰਡੀਗੜ੍ਹ 'ਚ ਜਿਹੜੇ ਆ ਜੋਧਪੁਰ ਦੇ ਨਜ਼ਰਬੰਦਾਂ ਨੂੰ ਜਿਹੜੀ ਆ ਉਹ ਪੈਸੇ ਦਿੱਤੇ ਗਏ ਆ ਦੂਜੇ ਪਾਸੇ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਨੇ ਉਸ ਨੇ ਇਸ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੁਣੌਤੀ ਦਿੱਤੀ ਹੈ ਤੇ ਜਿਹੜਾ ਉਹਦੇ ਬਾਰੇ 'ਚ ਹੁਣ ਭਾਜਪਾ ਉੱਪਰ ਵੀ ਦਬਾਅ ਪੈ ਰਿਹਾ ਕਿ ਉਹ ਵੀ ਇਸ ਫੈਸਲੇ ਨੂੰ ਮੰਨ ਲਏ ਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਚ ਜਿਹੜੀ ਹੈ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਆ ਉਹ ਵੀ ਇਦਾਂ ਦਾ ਕੋਈ ਐਲਾਨ ਕਰੇ ਕਿ ਉਹਦੇ ਵੱਲੋਂ ਵੀ ਇਸ ਫੈਸਲੇ ਨੂੰ ਮੰਨਦਿਆਂ ਜਿਹੜਾ ਜੋ ਕੇਂਦਰ ਦੇ ਜਿਮੇ ਜਿਹੜਾ ਹਰਜਾਨਾ ਦੇਣ ਦਾ ਜਿੰਨਾ ਕ ਪੈਸਾ ਲੱਗਾ ਉਹ ਵੀ ਦੇ ਦੇਣਗੇ ਆ ਇਸ ਤਰ੍ਹਾਂ ਦੀ ਲੱਗਦੀ ਹੈ ਜੀ ਮਾਨ ਸਿੰਘ ਸਾਹਿਬ ਪਿਛਲੇ ਕਈ ਦਿਨਾਂ ਤੋਂ ਖੁਲਾਸੇ ਦਰ ਖੁਲਾਸੇ ਹੋ ਰਹੇ ਆ ਰਾਣਾ ਗੁਰਜੀਤ ਸਿੰਘ ਨੇ ਇਹ ਗੱਲ ਕਹੀ ਹੈ ਕਿ ਭ੍ਰਿਸ਼ਟਾਚਾਰ ਵੀ ਹੈ ਤੇ ਨਸ਼ਿਆਂ ਦੀ ਤਸਕਰੀ ਵੀ ਚੱਲ ਰਹੀ ਹੈ ਇਹ ਤਾਂ ਚੱਲਦੀ ਆ ਕਿਉਂਕਿ ਕਈ ਬੰਦੇ ਆਪਣੀ ਹੀ ਵਿੱਚ ਲਿਬੜੇ ਹੋਏ ਆ ਇੱਕ ਕੁੜੀ ਹੈ ਜਿਹਨੇ ਡੀਐਸਪੀ ਦੇ ਉੱਤੇ ਦੋਸ਼ ਲਾਏ ਆ ਉਹਨੇ ਕਿਹਾ ਵੀ ਸਾਨੂੰ ਪੁਲਿਸ ਹੀ ਨਸ਼ਾ ਮੁਹੱਈਆ ਕਰਵਾਉਂਦੀ ਸੀ ਇਸ ਦੇ ਇਲਾਵਾ ਇੱਕ ਤਹਿਸੀਲਦਾਰ ਆ ਜਿਹਨੂੰ ਹੁਣ ਸਸਪੈਂਡ ਕੀਤਾ ਗਿਆ ਹਰਪੂਲ ਸਿੰਘ ਉਹਨੇ ਇਹ ਖੁਲਾਸੇ ਕੀਤੇ ਆ ਕਿ ਭ੍ਰਿਸ਼ਟਾਚਾਰ ਕਿਵੇਂ ਚੱਲਦਾ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਕੀ ਕਹਿਣਾ ਚਾਹੋਗੇ ਇਹਨਾਂ ਖੁਲਾਸੇ ਬਾਰੇ ਕਹਿਣਾ ਜੀ ਇਹ ਬਿਲਕੁਲ ਸਹੀ ਗੱਲ ਹੈ ਜਿਹੜਾ ਆਪਾਂ ਪਿਛਲੀ ਖਬਰ 'ਚ ਵੀ ਚਰਚਾ ਕਰਕੇ ਹਟਿਆ ਕਿ ਜਿੰਨੇ ਵੀ ਪੰਜਾਬ ਵਿੱਚ ਗਲਤ ਕੰਮ ਹੁੰਦੇ ਆ ਨਜਾਇਜ਼ ਧੰਦੇ ਹੁੰਦੇ ਆ ਉਹ ਸਿਆਸਤਦਾਨਾਂ ਪੁਲਿਸ ਅਧਿਕਾਰੀਆਂ ਤੇ ਜਿਹੜੇ ਬਾਕੀ ਜਿਹੜੇ ਉਸ ਪਿਛੇ ਨਾਲ ਸਬੰਧਤ ਲੋਕ ਆ ਜਿਹੜੇ ਮਾੜੇ ਕੰਮ ਕਰਦੇ ਆ ਇਹ ਇਹਨਾਂ ਦੀ ਜਦੋਂ ਤੱਕ ਆਪਸ ਵਿੱਚ ਤਾਲਮੇਲ ਨਹੀਂ ਬਣਦਾ ਜਦੋਂ ਤੱਕ ਇਹਨਾਂ ਦੇ ਜਿਹੜਾ ਲੈਣ ਦੇਣ ਨਹੀਂ ਆਪਸ ਵਿੱਚ ਹੁੰਦਾ ਉਦੋਂ ਤੱਕ ਇਹ ਧੰਦੇ ਚੱਲਦੇ ਨਹੀਂ ਹੈਗੇ ਜੇ ਰਾਣਾ ਗੁਰਜੀਤ ਸਿੰਘ ਜਿਹੜਾ ਮੰਤਰੀ ਵੀ ਰਿਹਾ ਕਾਂਗਰਸ ਦਾ ਸੀਨੀਅਰ ਲੀਡਰ ਹੈ ਜੇ ਉਹ ਕਹਿਣ ਲਈ ਮਜਬੂਰ ਹੋਇਆ ਤੇ ਇਹਦੇ ਪਿੱਛੇ ਕੁਝ ਨਾ ਕੁਝ ਸਚਾਈ ਜ਼ਰੂਰ ਹੋਵੇਗੀ ਇਹ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਕਾਰਵਾਈ ਕਰਕੇ ਜਿਹੜੇ ਦੋਸ਼ੀ ਪੁਲਿਸ ਅਫਸਰ ਜਾਂ ਪੁਲਿਸ ਮੁਲਾਜ਼ਮ ਹੈ ਭਾਵੇਂ ਉਹ ਥਾਣਿਆਂ ਦੀ ਪਦਰਤ ਹੈ ਨਸ਼ਿਆਂ ਦੀ ਵਿਕਰੀ ਨੂੰ ਉਤਸ਼ਾਹਤ ਕਰ ਰਿਹਾ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਤੇ ਮਾਨਕ ਸਾਹਿਬ ਮੁੱਖ ਮੰਤਰੀ ਦੇ ਵੱਲੋਂ 80 ਕਰੋੜ ਰੁਪਏ ਦੀ ਰਾਸ਼ੀ ਸਿੱਖਿਆ ਵਿਭਾਗ ਲਈ ਜਾਰੀ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਟਾਣਾ ਜੀ ਸਾਡੇ ਕਈ ਦਹਾਕਿਆਂ ਤੋਂ ਸਿੱਖਿਆ ਦਾ ਖੇਤਰ ਜਿਹੜਾ ਉਹ ਨਜ਼ਰਅੰਦਾਜ਼ ਹੈ ਇਹ ਜਿਹੜਾ ਜਦੋਂ ਪੰਜਾਬ ਵਿੱਚ ਹਾਲਾਤ ਖਰਾਬ ਸੀਗੇ ਡੇਢ ਦਹਾਕੇ ਤੱਕ ਉਸ ਵੇਲੇ ਜਿਹੜਾ ਸਾਡਾ ਸਿਹਤ ਵਿਭਾਗ ਆ ਤੇ ਸਾਡਾ ਜਿਹੜਾ ਸਿੱਖਿਆ ਦਾ ਵਿਭਾਗ ਆ ਸਭ ਤੋਂ ਵੱਧ ਬੁਰਾ ਅਸਰ ਇਹਨਾਂ ਦੋਨਾਂ ਵਿਭਾਗਾਂ ਤੇ ਪਿਆ ਸੀਗਾ ਉਹ ਔਰ ਹੁਣ ਤੱਕ ਨਾ ਸਾਡਾ ਸਿਹਤ ਵਿਭਾਗ ਤੇ ਨਾ ਸਾਡਾ ਸਿੱਖਿਆ ਵਿਭਾਗ ਆਪਣੇ ਪੈਰਾਂ ਤੇ ਹੋ ਸਕਿਆ ਬਹੁਤ ਸਾਰੇ ਸਰਕਾਰੀ ਹਸਪਤਾਲ ਆ ਲੁੜਿੰਦੇ ਡਾਕਟਰਾਂ ਤੋਂ ਵਾਂਝੇ ਆ ਬਹੁਤ ਸਾਰੇ ਸਰਕਾਰੀ ਸਕੂਲ ਆ ਲੁੜਿੰਦੇ ਟੀਚਰਾਂ ਤੋਂ ਵਾਂਝੇ ਹੈਗੇ ਆ ਤੇ ਮੁੱਖ ਮੰਤਰੀ ਨੇ ਇੱਕ ਚੰਗਾ ਕਦਮ ਪਟਾਇਆ ਉਹਨੇ ਵੱਖ-ਵੱਖ ਜਿਹੜੇ ਸਰਕਾਰੀ ਵਿਭਾਗ ਆ ਉਹਨਾਂ ਦੇ ਬਜਟਰੀ ਥੋੜੀ-ਥੋੜੀ ਕਟੌਤੀ ਕਰਕੇ ਸਿੱਖਿਆ ਵਿਭਾਗ ਨੂੰ 80 ਕਰੋੜ ਰੁਪਏ ਜਾਰੀ ਕੀਤਾ ਇੱਕ ਪੱਤਰਕਾਰ ਦੇ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਕੋਈ ਵੀ ਸਰਕਾਰ ਹੋਵੇ ਉਹਨੂੰ ਸਿੱਖਿਆ ਤੇ ਸਿਹਤ ਨੂੰ ਸਭ ਤੋਂ ਵੱਧ ਪਹਿਲ ਦੇਣੀ ਚਾਹੀਦੀ ਹੈ ਤੇ ਸਿੱਖਿਆ ਵਿਭਾਗ ਨੂੰ ਇਸ ਪੈਸੇ ਦੀ ਵਰਤੋਂ ਕਰਕੇ ਜਿਨ੍ਹਾਂ ਸਕੂਲਾਂ ਵਿੱਚ ਟੀਚਰ ਨਹੀਂ ਹੈਗੇ ਉਹਨਾਂ ਦੀ ਭਰਤੀ ਕਰਕੇ ਟੀਚਰ ਮੁਹੱਈਆ ਕਰਾਉਣੇ ਚਾਹੀਦੇ ਆ ਔਰ ਬੱਚਿਆਂ ਨੂੰ ਪੜਨ ਲਈ ਜਿਹੜੀਆਂ ਹੋਰ ਸਹੂਤਾਾਂ ਦੀ ਲੋੜ ਹੈ ਉਹ ਇਸ ਪੈਸੇ ਨਾਲ ਉਹ ਸਹੂਤਾਾਂ ਮਹੀਆ ਕਰਨੀਆਂ ਚਾਹੀਦੀਆਂ ਤਾਂ ਜੋ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੀ ਜੋ ਹਾਲਤ ਮਾੜੀ ਹੋ ਗਈ ਹੈ ਉਹਦੇ ਵਿੱਚ ਸੁਧਾਰ ਲਿਆਂਦਾ ਜਾ ਸਕੇ ਜੀ ਤੇ ਮਾਨਕ ਸਾਹਿਬ ਜਿਹੜਾ ਅਧਿਐਨ ਸਾਡੇ ਸਾਹਮਣੇ ਆਇਆ ਕਿ 70% ਦੀ ਮਾਲਵਾ ਖੇਤਰ ਦਾ ਪਾਣੀ ਜਿਹੜਾ ਉਹ ਨਾ ਸਿੰਚਾਈ ਦੇ ਕਾਬਿਲ ਰਿਹਾ ਨਾ ਪੀਣ ਦੇ ਕਾਬਿਲ ਰਿਹਾ ਨਾ ਨਹਾਉਣ ਦੇ ਕਾਬਿਲ ਰਿਹਾ ਕੀ ਕਹਿਣਾ ਚਾਹੂੰਗੀ ਇਹਦੇ ਬਾਰੇ ਕਹਣਾ ਜੀ ਆਪਾਂ ਲੰਮੇ ਸਮੇਂ ਤੋਂ ਚਿੰਤਾ ਕਰਦੇ ਆ ਰਹੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚ ਕੀਟਨਾਸ਼ਕਾਂ ਨਦੀ ਨਾਸ਼ਕਾਂ ਦੀ ਅਨੇਵਾ ਵਰਤ ਹੋ ਰਹੀ ਹੈ ਪੰਜਾਬ ਦੇ ਵਿੱਚ ਖਦਾਂ ਦੀ ਅਨੇਵਾ ਵਰਤ ਹੋ ਰਹੀ ਹੈ ਇਹਦੇ ਨਾਲ ਵੀ ਜਿਹੜਾ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੁੰਦਾ ਇਸ ਤੋਂ ਇਲਾਵਾ ਜਿਹੜੀਆਂ ਪੰਜਾਬ ਵਿੱਚ ਫੈਕਟਰੀਆਂ ਚੱਲਦੀਆਂ ਉਹ ਬਿਨਾਂ ਸਾਫ਼ ਕੀਤਿਆਂ ਗੰਦਾ ਪਾਣੀ ਜਿਹੜਾ ਤਜਾਬੀ ਪਾਣੀ ਧਾਤਾਂ ਦੇ ਮਿਸ਼ਰਣ ਵਾਲਾ ਪਾਣੀ ਨਦੀਆਂ ਨਾਲਿਆਂ 'ਚ ਰੋੜ ਰਹੀਆਂ ਇਹਦੇ ਨਾਲ ਵੀ ਜਿਹੜਾ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਪ੍ਰਦੂਸ਼ਿਤ ਹੁੰਦਾ ਸੋ ਇਹ ਸਾਰੇ ਜਿਹੜੇ ਵੱਖ-ਵੱਖ ਕਾਰਨ ਹੈਗੇ ਆ ਇਹ ਜਿਹੜੇ ਇਹਨਾਂ ਨੂੰ ਸਮਝਣਾ ਚਾਹੀਦਾ ਇੱਕ ਉੱਚ ਪਧਰੀ ਜਾਂਚ ਕਮੇਟੀ ਬਣਾਣੀ ਚਾਹੀਦੀ ਹੈ ਕਿ ਪਾਣੀ ਜਿਹੜਾ ਧਰਤੀ ਹੇਠਲਾ ਕਿਉਂ ਪ੍ਰਦੂਸ਼ਿਤ ਹੋ ਰਿਹਾ ਇਹਦੇ ਕੀ ਕੀ ਕਾਰਨ ਆ ਤੇ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਜੇ ਅਸੀਂ ਜਿਹੜਾ بارش ਦਾ ਪਾਣੀ ਆ ਜਿਹੜਾ ਉਹਨੂੰ ਵੱਧ ਤੋਂ ਵੱਧ ਧਰਤੀ ਹੇਠ ਰਚਾਉਣ ਲਈ ਕੁਝ ਠੋਸ ਕਦਮ ਚੁੱਕੀਏ ਜਿਹੜੇ ਰਵਾਇਤੀ ਤੇ ਗੈਰ ਰਵਾਇਤੀ ਢੰਗ ਤਰੀਕੇ ਜਿਹੜੇ ਵਰਤੀਏ ਤਾਂ ਉਹਦੇ ਨਾਲ ਵੀ ਧਰਤੀ ਹੇਠ ਜਦੋਂ بارش ਦਾ ਪਾਣੀ ਜਾਏਗਾ ਤਾਂ ਉਹਦੇ ਨਾਲ ਵੀ ਧਰਤੀ ਹੇਠਲੇ ਪਾਣੀ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਘਟੇਗਾ ਤਾਜਾ ਪਾਣੀ ਧਰਤੀ ਹੇਠ ਜਾਏਗਾ ਇਹਦੇ ਲਈ ਵੀ ਯਤਨ ਕਰਨੇ ਚਾਹੀਦੇ ਆ ਪੰਜਾਬ ਕਿਸੇ ਵੇਲੇ ਇਹ ਜਿਹੜਾ ਰਹਿਣ ਲਈ ਸਭ ਤੋਂ ਵਧੀਆ ਖੇਤਾਂ ਸਿਗਾ ਤੇ ਇਸ ਵੇਲੇ ਜਿਸ ਤਰ੍ਹਾਂ ਦੀਆਂ ਸਥਿਤੀਆਂ ਬਣ ਰਹੀਆਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਮਾਲਵੇ ਦਾ 70% ਦੀ ਪਾਣੀ ਨਾ ਹੁਣ ਸਿੰਚਾਈ ਦੇ ਕਾਬਿਲ ਹੈ ਤੇ ਨਾ ਹੀ ਪੀਣ ਦੇ ਕਾਬਿਲ ਹੈ ਕਿ ਮਾਲਵਾ ਪੰਜਾਬ ਦਾ ਬਹੁਤ ਵੱਡਾ ਖੇਤਰ ਹੈ ਜੇ ਉੱਥੇ ਇਸ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਹੋਣੀਆਂ ਤਾਂ ਪੰਜਾਬੀਆਂ ਦਾ ਇਸ ਧਰਤੀ ਤੇ ਰਹਿਣਾ ਮੁਸ਼ਕਲ ਹੋ ਜਾਏਗਾ ਔਰ ਸਾਡੀ ਜਿਹੜੀ ਖੇਤੀ ਹੈ ਜੋ ਸਾਡੀ ਆਰਥਿਕਤਾ ਦੀ ਰੀੜ ਦੇ ਹੱਡੀ ਹੈ ਜੇ ਉਹ ਪ੍ਰਭਾਵਿਤ ਹੋ ਜਾਂਦੀ ਹੈ ਜੇ ਖੇਤੀਬਾੜੀ ਤੋਂ ਪ੍ਰਭਾਵਿਤ ਹੋ ਜਾਂਦਾ ਤਾਂ ਉੰਜ ਵੀ ਆਰਥਿਕ ਸਥਿਤੀਆਂ ਇੱਥੇ ਦੇ ਰਹਿਣ ਵਾਲੇ ਲੋਕਾਂ ਲਈ ਹੋਰ ਜ਼ਿਆਦਾ ਮੁਸ਼ਕਲ ਹੋ ਜਾਣਗੀਆਂ ਜੀ ਮਾਨ ਸਾਹਿਬ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਪੰਜਾਬੀ ਦੇ ਮਸ਼ਹੂਰ ਨਾਵਲਕਾਰ ਜਸਵੰਤ ਸਿੰਘ ਕਮਲਹੋਰੀ ਉਹ ਜ਼ਿੰਦਗੀ ਦੇ 99 ਬਰੇ ਪੂਰੇ ਕਰਕੇ 100ਵੇਂ ਸਾਲ ਦੇ ਵਿੱਚ 27 ਤਰੀਕ ਨੂੰ ਦਾਖਲ ਹੋਗੇ ਉਹਨਾਂ ਦਾ ਪੂਰਨਵਾਸੀ ਤੇ ਲਹੂ ਦੀ ਲੋ ਜਾਂ ਰਾਤ ਬਾਕੀ ਹੈ ਜਾਂ ਹੋਰ ਕਈ ਇਹੋ ਜਿਹੇ ਨਾਵਲ ਆ ਜਿਹੜੇ ਕਮਾਲ ਦੇ ਆ ਕੀ ਕਹਿਣਾ ਚਾਹੋਗੇ ਇੱਕ ਸਰਕਾਰੀ ਤੌਰ ਦੇ ਉੱਤੇ ਵੀ ਉਹਨਾਂ ਨੂੰ ਸਨਮਾਨਿਆ ਗਿਆ ਤੇ ਵੱਖ-ਵੱਖ ਸਾਇਤਿਕ ਜਥੇਬੰਦੀਆਂ ਦੇ ਵੱਲੋਂ ਟੈਣਾ ਜੀ ਜਸਵੰਤ ਸਿੰਘ ਕਮਲ ਬਿਨਾ ਸ਼ੱਕ ਪੰਜਾਬ ਦੇ ਬਹੁਤ ਵੱਡੇ ਨਾਵਲਕਾਰ ਹੈਗੇ ਆ ਉਹ ਕਈ ਪੀੜ੍ਹੀਆਂ ਨੂੰ ਉਹਨਾਂ ਨੇ ਪ੍ਰਭਾਵਿਤ ਕੀਤਾ ਜਿਸ ਤਰ੍ਹਾਂ ਤੁਸੀਂ ਦੱਸਿਆ ਉਹਨਾਂ ਦੇ ਬਹੁਤ ਸਾਰੇ ਨਾਵਲ ਹੈ ਜਿਹੜੇ ਉਹ ਲੋਕਾਂ ਵੱਲੋਂ ਵੱਡੀ ਪੱਧਰ ਤੇ ਪੜੇ ਗਏ ਆ ਅਜੇਹਾ ਜਿਹੜਾ ਸਿਰਕੜ ਸਾਡਾ ਲੇਖਕ ਹੈ ਉਹਨੇ ਆਪਣੀ ਹਯਾਤੀ ਦੇ 100 ਸਾਲ ਪੂਰੇ ਕੀਤੇ ਆ ਇਸ ਅਫਸਰ ਤੇ ਜਿੱਥੇ ਹੋਰ ਲੇਖਕ ਜਥੇਬੰਦੀਆਂ ਜਿੱਥੇ ਪੰਜਾਬ ਕਲਾ ਪਰਿਸ਼ਦ ਤੇ ਹੋਰ ਅਦਾਰੇ ਉਹਨਾਂ ਨੂੰ ਵਧਾਈ ਦੇ ਰਹੇ ਆ ਅਸੀਂ ਵੀ ਅਦਾਰਾ ਜੀਤ ਵੱਲੋਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਨੇ ਆ ਇਤਿਹਾਸ ਕਰਦੇ ਆ ਉਹਨਾਂ ਦੀ ਸਿਹਤ ਔਣ ਵਾਲੇ ਸਮੇਂ ਚ ਵੀ ਚੰਗੀ ਰਹੇਗੀ ਤੇ ਹੋਰ ਬਿਹਤਰ ਲਿਖਤਾਂ ਉਹ ਪੰਜਾਬ ਦੇ ਲੋਕਾਂ ਨੂੰ ਦੇਣਗੇ ਜੀ ਮਾਨ ਸਿੰਘ ਸਾਹਿਬ ਸਿਡਨੀ ਦੇ ਵੱਲੋਂ ਖਬਰ ਆਈ ਆ ਹੌਸਟਲ ਗੁਰਦੁਆਰੇ ਤੋਂ ਇੱਥੇ ਇੱਕ ਕਹਿੰਦੇ ਬੋਰਡ ਲੱਗਾ ਸੀ ਜਿਹਦੇ ਉੱਤੇ ਲਿਖਿਆ ਸੀ ਕਿ ਜੇਕਰ ਪੁੰਜੇ ਬੈਠ ਕੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੋਗੇ ਤਾਂ ਪੁਲਿਸ ਦੇ ਹਵਾਲੇ ਕਰ ਦਿੱਤੇ ਜਾਓਗੇ ਕੀ ਕਹਿਣਾ ਚਾਹੋਗੇ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਚਲਾਈ ਗਈ ਸੰਗਤ ਤੇ ਪੰਗਤ ਦੀ ਪ੍ਰਥਾ ਦੇ ਉੱਤੇ ਸੱਟ ਮਾਰਨ ਵਾਲੀ ਗੱਲ ਹੈ ਕਿ ਨਹੀਂ ਰਣਾ ਜੀ ਚਾਹੇ ਕੋਈ ਗੁਰੂ ਘਰ ਹਿੰਦੁਸਤਾਨ ਦੀ ਧਰਤੀ ਤੇ ਚੱਲ ਰਿਹਾ ਹੋਵੇ ਚਾਹੇ ਕਿਸੇ ਦੂਜੇ ਦੇਸ਼ ਦੀ ਧਰਤੀ ਤੇ ਚਲ ਰਿਹਾ ਹੋਵੇ ਉਹਨੂੰ ਕੋਈ ਗੈਰ ਜ਼ਰੂਰੀ ਤੌਰ ਤੇ ਜਿਹੜੀਆਂ ਸਾਡੀਆਂ ਪਰੰਪਰਾਵਾਂ ਹੈਗੀਆਂ ਔਰ ਜਿਹੜੀਆਂ ਪਰੰਪਰਾਵਾਂ ਸਮੇਂ ਦੀਆਂ ਹਾਨੀ ਆ ਉਹਨਾਂ ਦੇ ਵਿੱਚ ਕੋਈ ਬਰਾਈ ਨਹੀਂ ਹੈਗੀ ਉਹਨਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਨੇ ਆਦੇਸ਼ ਵੀ ਦਿੱਤਾ ਹੋਇਆ ਕਿ ਲੰਗਰ ਜਿਹੜਾ ਪੰਗਤ ਚ ਬੈਠ ਕੇ ਜਮੀਨ ਤੇ ਛਕਣਾ ਚਾਹੀਦਾ ਪਰ ਜੇ ਕੋਈ ਅਪਾਹਜ ਵਿਅਕਤੀ ਆ ਜਮੀਨ ਤੇ ਬੈਠ ਕੇ ਲੰਗਰ ਨਹੀਂ ਛੱਕ ਸਕਦਾ ਤੇ ਉਹ ਕੁਰਸੀ ਮੇਜ਼ ਤੇ ਬੈਠ ਕੇ ਵੀ ਛੱਕ ਸਕਦਾ ਇਸ ਸਬੰਧੀ ਜਿਹੜਾ ਪਰੰਪਰਾ ਬੜੀ ਸਪਸ਼ਟ ਆ ਇਸ ਸਬੰਧੀ ਅਕਾਲ ਤਖਤ ਦਾ ਆਦੇਸ਼ ਵੀ ਬੜਾ ਸਪਸ਼ਟ ਆ ਤੇ ਫਿਰ ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਜਿਹੜਾ ਕਿਸੇ ਗੁਰੂ ਘਰ ਨੇ ਇਸ ਤਰ੍ਹਾਂ ਦਾ ਆਦੇਸ਼ ਕਿਉਂ ਜਾਰੀ ਕੀਤਾ ਕਿ ਤੁਸੀਂ ਜਿਹੜਾ ਪੰਗਤ ਚ ਬੈਠ ਕੇ ਲੰਗਰ ਨਹੀਂ ਛੱਕ ਸਕਦੇ ਸੋ ਇਸ ਤਰ੍ਹਾਂ ਬਿਨਾਂ ਕਿਸੇ ਲੋੜ ਤੋਂ ਜਿਆਦਾ ਕੋਈ ਵੱਡਾ ਕਾਰਨ ਹੋਵੇ ਉਹ ਦੱਸਿਆ ਜਾਵੇ ਸਿੱਖ ਸੰਗਤ ਨੂੰ ਵੀ ਉਸ ਗੁਰੂ ਘਰ ਨੇ ਅਜਿਹਾ ਕਿਉਂ ਕੀਤਾ ਜੇ ਬਿਨਾਂ ਕਿਸੇ ਕਾਰਨ ਕੋਈ ਆਪਣੀ ਪਰੰਪਰਾ ਨੂੰ ਛੱਡਣ ਦਾ ਕੋਈ ਤੁਕ ਬਣਦਾ ਨਹੀਂ ਹੈ ਜੀ ਮਾਨਕ ਸਾਹਿਬ ਵਿਦੇਸ਼ੀ ਅਧਿਐਨ ਦੀਆਂ ਦੋ ਰਿਪੋਰਟਾਂ ਸਾਹਮਣੇ ਆਈਆਂ ਇੱਕ ਦੁਖੀ ਕਰਨ ਵਾਲੀ ਹੈ ਇੱਕ ਹੈਰਾਨ ਕਰਨ ਵਾਲੀ ਹੈ ਦੁਖੀ ਕਰਨ ਵਾਲੀ ਰਿਪੋਰਟ ਇਹ ਹੈ ਕਿ ਭਾਰਤ ਦੀਆਂ ਔਰਤਾਂ ਅਸੁਰੱਖਿਅਤ ਸਾਰੇ ਦੇਸ਼ਾਂ ਦੇ ਵਿੱਚੋਂ ਭਾਰਤ ਦੀਆਂ ਔਰਤਾਂ ਦੇ ਕੋਲ ਸੁਰੱਖਿਆ ਦੀ ਘਾਟ ਹੈ ਤੇ ਜਿਹੜੀ ਹੈਰਾਨ ਕਰਨ ਦੀ ਰਿਪੋਰਟ ਹੈ ਜਿਹੜੀ ਮੈਨੂੰ ਵੀ ਅੱਜ ਹੀ ਪਤਾ ਲੱਗਾ ਕਿ ਭਾਰਤ ਹੁਣ ਗਰੀਬ ਦੇਸ਼ ਨਹੀਂ ਰਿਹਾ ਕੀ ਕਹਿਣਾ ਚਾਹੂੰਗਾ ਪਨਾ ਜੀ ਜਿੱਥੋਂ ਤੱਕ ਪਹਿਲੀ ਰਿਪੋਰਟ ਦਾ ਸਬੰਧ ਹੈ ਜਿਹਦੇ ਵਿੱਚ ਇੱਕ ਮੰਤਰੀ ਸੰਸਥਾ ਨੇ ਕਿਹਾ ਕਿ ਭਾਰਤ ਦੇ ਵਿੱਚ ਔਰਤਾਂ ਸਭ ਤੋਂ ਵੱਧ ਅਸੁਰੱਖਿਅਤ ਹੈ ਮੈਂ ਸਮਝਦਾ ਹਾਂ ਇਹ ਵੀ ਰਿਪੋਰਟ ਥੋੜੀ ਜਿਹੀ ਵਧਾਈ ਹੋਈ ਆ ਸਾਡੇ ਨਾਲੋਂ ਵੀ ਹੋਰ ਬਹੁਤ ਸਾਰੇ ਦੇਸ਼ ਅਜਿਹੇ ਹੈਗੇ ਆ ਜਿੱਥੇ ਔਰਤਾਂ ਦੀ ਸਥਿਤੀ ਮਾੜੀ ਆ ਉਹਨਾਂ ਦੇ ਜਮਹੂਰੀ ਅਧਿਕਾਰ ਵੀ ਉਹਨਾਂ ਨੂੰ ਘੱਟ ਪ੍ਰਾਪਤ ਆ ਜਿਹੜਾ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬੰਦ ਬੰਦਸ਼ਾਂ 'ਚ ਰਹਿਣਾ ਪੈਂਦਾ ਕਈ ਤਰ੍ਹਾਂ ਦੇ ਕੰਮ ਧੰਦੇ ਉਹ ਨਹੀਂ ਕਰ ਸਕਦੀਆਂ ਤੇ ਉਹਨਾਂ ਨਾਲੋਂ ਭਾਰਤ ਦੀ ਸਥਿਤੀ ਥੋੜੀ ਬਿਹਤਰ ਹੈਗੀ ਆ ਇਹ ਠੀਕ ਹੈ ਕਿ ਔਰਤਾਂ ਦੀ ਜਿਹੜੇ ਅਸੁਰੱਖਿਆਤਾ ਦਾ ਮਸਲਾ ਇੱਥੇ ਬਣਿਆ ਹੋਇਆ ਕਾਫੀ ਵੱਡਾ ਮਸਲਾ ਇਹ ਹੈਗਾ ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਲਗਾਤਾਰ ਬਲਾਤਕਾਰ ਹੋਣ ਦੀਆਂ ਘਟਨਾਵਾਂ ਵਾਪਰਦੀਆਂ ਖਾਸ ਕਰਕੇ ਬੱਚੀਆਂ ਸਾਡੀਆਂ ਅਸੁਰੱਖਿਅਤ ਹੈ ਸਾਡੀਆਂ ਬੱਚੀਆਂ ਸਾਡੀਆਂ ਔਰਤਾਂ ਇੱਥੇ ਅਸੁਰੱਖਿਅਤ ਤਾਂ ਹੈਗੀਆਂ ਪਰ ਇਸ ਤਰ੍ਹਾਂ ਦੀ ਰਿਪੋਰਟ 'ਚ ਮੈਨੂੰ ਕੋਈ ਬਹੁਤੀ ਸੱਚਾਈ ਨਹੀਂ ਲੱਗਦੀ ਕਿ ਸਭ ਤੋਂ ਵੱਧ ਔਰਤਾਂ ਜਿਹੜੀਆਂ ਭਾਰਤ ਵਿੱਚ ਵੀ ਅਸੁਰੱਖਿਅਤ ਹੈ ਜੀ ਤੇ ਦੂਜੀ ਜਿਹੜੀ ਰਿਪੋਰਟ ਹੈ ਜਿਹੜੀ ਇੱਕ ਮੰਤਰੀ ਅਦਾਰੇ ਦੀ ਇਹ ਕਿ ਭਾਰਤ ਹੁਣ ਗਰੀਬ ਦੇਸ਼ ਨਹੀਂ ਰਿਹਾ ਇਹ ਰਿਪੋਰਟ ਤਾਂ ਮੈਨੂੰ ਬਿਲਕੁਲ ਗਲਤ ਲੱਗਦੀ ਹੈ ਕਿਉਂਕਿ ਹਰ ਰੋਜ਼ ਜਿਹੜੇ ਕਿਸਾਨ ਆ ਖੇਤ ਮਜ਼ਦੂਰ ਖੁਦਕਿਸ਼ੀਆਂ ਕਰ ਰਹੇ ਹੈਗੇ ਆ ਤੇ ਸਾਡੇ 70% ਦੀ ਲੋਕ ਆ ਜਿਹੜੇ 20 ਰੁਪਏ ਚ ਗੁਜ਼ਾਰਾ ਕਰਨ ਲਈ ਮਜਬੂਰ ਆ ਸਿਹਤ ਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਤੇ ਲੋਕ ਜਿਹੜੇ ਬਹੁਤ ਹੀ ਬੁਰੀਆਂ ਸਥਿਤੀਆਂ ਚ ਜੀ ਰਹੇ ਇਹਦੇ ਵਿੱਚ ਇਸ ਤਰ੍ਹਾਂ ਦੀ ਜੇ ਕੋਈ ਰਿਪੋਰਟ ਆਂਦੀ ਹੈ ਤੇ ਉਹ ਦਾ ਕਿਸੇ ਖਾਸ ਮੰਤਬ ਨਾਲ ਜਾਰੀ ਕੀਤੀ ਗਈ ਹੋਈ ਰਿਪੋਰਟ ਹੋ ਸਕਦੀ ਹੈ ਲੋਕਾਂ ਨੂੰ ਭੰਬਲ ਭੂਸੇ ਚ ਪਾਉਣ ਵਾਲੀ ਹੋ ਸਕਦੀ ਹੈ ਔਰ ਭਾਰਤ ਦੀ ਕਿਸੇ ਸਿਆਸੀ ਤਰ ਨੂੰ ਲਾਭਚਾਨ ਵਾਲੀ ਹੋ ਸਕਦੀ ਹੈ ਇਹ ਹਕੀਕਤ ਨਾਲ ਮੇਲ ਖੰਦੀ ਰਿਪੋਰਟ ਨਹੀਂ ਹੈ ਜੀ ਮਾਨਕ ਸਾਹਿਬ ਖਬਰਾਂ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਏ ਖਬਰਾਂ ਦੇ ਉੱਤੇ ਕੀਮਤੀ ਟਿੱਪਣੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ